ਅਸਲਾਮ ਅਲੈਕੁਮ, ਮੈਂ ਜ਼ਰੰਗੀਲਾ ਫਰੋਮ ਪਾਕਿਸਤਾਨ। ਅਤੇ ਗੱਲ ਇਹ ਕਿ ਮੇਰਾ ਇੰਟਰੋਡਕਸ਼ਨ ਪਾਕਿਸਤਾਨ ਫਿਲਮ ਇੰਡਸਟਰੀ ਦੀ ਇੱਕ ਬੜੀ ਮਸ਼ਹੂਰ ਫਿਲਮ 98 ਵਿੱਚ ਡਾਇਰੈਕਟਰ ਸਈਦ ਨੂਰ ਸਾਹਿਬ ਦੀ ਚੂੜੀਆਂ, ਉਸ ਫਿਲਮ ਤੋਂ ਮੇਰਾ ਇੰਟਰੋਡਕਸ਼ਨ ਹੋਇਆ। ਸੋ ਟੀ ਵੀ ਡਰਾਮੇ 'ਚ ਕੰਮ ਕੀਤਾ, ਫਿਲਮ 'ਚ ਕੀਤਾ ਔਰ ਥੀਏਟਰ ਬੜਾ ਘੱਟ ਕੀਤਾ। ਅਤੇ ਬੜੀ ਹਸਰਤ ਸੀ, ਬੜੀ ਖੁਆਇਸ਼ ਸੀ ਅਤੇ ਰੱਬ ਦਾ ਸ਼ੁਕਰ ਹੈ, ਅੱਲਾ ਨੇ ਮੈਨੂੰ ਇੱਕ ਬੜੀ ਖੂਬਸੂਰਤ ਟੀਮ ਨਾਲ ਜੁਆਇਨ ਕੀਤਾ। ਬੜਾ ਚੰਗਾ ਲੱਗਾ ਮੈਨੂੰ। ਐਮ ਹੁੰਦਰ ਸਿੰਘ ਸਾਡੇ ਫਿਲਮ ਡਾਇਰੈਕਟਰ ਸਾਡੀ ਇਸ ਫਿਲਮ ਦੇ, ਔਰ ਪੂਰਾ ਕਰੂ ਜਿਹੜਾ ਹੈ, ਮੈਂ ਉਹਨਾਂ ਸਾਰਿਆਂ ਦਾ ਬੜਾ ਸ਼ੁਕਰੀਆ ਅਦਾ ਕਰਦਾ ਕਿ ਮੈਨੂੰ ਆ ਕੇ ਬੜਾ ਆਪਣਾ ਆਪਣਾ ਜਿਹਾ ਲੱਗਾ। ਔਰ ਖਾਸ ਤੌਰ 'ਤੇ ਜਿਹੜੀ ਸਾਡੀ ਮੁਹੱਬਤ ਇੱਕ ਬੁਨਿਆਦ ਹੈ, ਸਾਡੀ ਮਿੱਟੀ ਦੀ ਖੁਸ਼ਬੂ ਹੈ, ਸਾਡਾ ਰਹਿਣ ਸਹਿਣ ਇੱਕੋ ਜਿਹਾ, ਚੜ੍ਹਦਾ ਪੰਜਾਬ, ਔਰ ਜਿੰਨੇ ਭਾਈ ਮਿਲੇ ਇੰਝ ਹੀ ਲੱਗਾ ਅਤੇ ਜਿਵੇਂ ਮਾਂ ਪਿਓ ਜਾਏ ਨੇ, ਕਿ ਉਹਨਾਂ ਦੀ ਮੁਹੱਬਤ 'ਚ ਕੋਈ ਫਰਕ ਨਹੀਂ। ਬੜਾ ਚੰਗਾ ਲੱਗਾ ਹੈ। ਔਰ ਖਾਸ ਤੌਰ 'ਤੇ ਸਾਡੇ ਡਾਇਰੈਕਟਰ ਸਾਹਿਬ ਜਿਸ ਤਰ੍ਹਾਂ ਸੀਨ ਸਮਝਾਉਂਦੇ, ਜਿਸ ਤਰ੍ਹਾਂ ਉਹਨਾਂ ਨੇ ਮਤਲਬ ਮੈਨੂੰ ਹੈਂਡਲ ਕੀਤਾ, ਮੈਨੂੰ ਬਰੀਫ ਕੀਤਾ, ਮੈਨੂੰ ਬੜਾ ਚੰਗਾ ਲੱਗਾ। ਉਹਨਾਂ ਸਾਰਿਆਂ ਦਾ ਬੜਾ ਸ਼ੁਕਰੀਆ। ਔਰ ਸਾਡੇ ਪ੍ਰੋਡਿਊਸਰ ਸਾਹਿਬ ਜਿਨ੍ਹਾਂ ਨੇ ਬਿਹਤਰੀਨ ਲੋਕੇਸ਼ਨਾਂ ਪ੍ਰੋਵਾਈਡ ਕੀਤੀਆਂ, ਸਾਰਾ ਮਾਹੌਲ, ਔਰ ਬਹੁਤ ਅੱਛਾ ਲੱਗਾ ਕਿ ਉਹਨਾਂ ਨੇ ਜਿਵੇਂ ਪਹਿਲੀ ਵਾਰੀ ਸਾਨੂੰ ਬੁਲਾਇਆ ਆਪਣੀ ਫਿਲਮ ਵਾਸਤੇ, ਸਾਡੇ ਨਾਲ ਕੰਮ ਕਰੋ। ਉਹਨਾਂ ਨਾਲ ਕੰਮ ਕਰਕੇ ਇੰਝ ਲੱਗਾ ਕਿ ਜਿਵੇਂ ਵੱਡੇ ਭਾਈ ਹੁੰਦੇ ਨੇ। ਉਹਨਾਂ ਨੇ ਬੜੀ ਮੁਹੱਬਤ ਦਿੱਤੀ, ਬੜਾ ਚੰਗਾ ਲੱਗਾ। ਅਤੇ ਬਾਕੀ ਸਾਰਾ ਕਰੂ ਜਿਹੜਾ, ਜਿਹਦੇ 'ਚ ਮੈਂ ਫਰਦਨ ਨਾਂ ਨਹੀਂ ਲੈ ਸਕਦਾ, ਨਾ ਮੈਨੂੰ ਛੇਤੀ ਯਾਦ ਨਹੀਂ ਹੋਏ, ਮਗਰ ਇਹ ਕਿ ਮੁਹੱਬਤ ਉਹਨਾਂ ਦੀ ਹਮੇਸ਼ਾ ਯਾਦ ਰਹੇਗੀ। ਰੱਬ ਇਨਸ਼ਾਅੱਲਾ ਫਿਰ ਸਾਡੇ ਇਸ ਤਰ੍ਹਾਂ ਮੇਲ ਕਰਾਵੇ, ਔਰ ਇਸੇ ਤਰ੍ਹਾਂ ਮੈਂ ਉਮੀਦ ਕਰਦਾ ਆਉਣਾ ਜਾਣਾ ਲੱਗਾ ਰਹੇ। ਗੱਲ ਇਹ ਵੀ ਕਿ ਪਿਆਰ ਦੀ ਉਮਰ ਬੜੀ ਵੱਡੀ ਹੁੰਦੀ ਹੈ, ਪਿਆਰ ਦੀ ਤਾਕਤ ਬੜੀ ਵੱਡੀ ਹੁੰਦੀ ਹੈ। ਔਰ ਇਹ ਵਾਕਿਆ ਮੈਨੂੰ ਇਸ ਟੀਮ 'ਚ ਆ ਕੇ ਔਰ ਇਸ ਫਿਲਮ ਵਿੱਚ ਕੰਮ ਕਰਕੇ ਲੱਗਾ ਕਿ ਸਾਨੂੰ ਇੰਝ ਹੀ ਹੋਣਾ ਚਾਹੀਦਾ ਸੀ। ਅਤੇ ਮਗਰ ਇਹ ਕਿ ਵਕਤ ਔਰ ਹਾਲਾਤ ਸਾਨੂੰ ਦੂਰ ਕੀਤਾ, ਰੱਬ ਦੇ ਲਈ ਦੂਰੀ ਨਾ ਪਾਵੇ। ਅਤੇ ਇਸੇ ਤਰ੍ਹਾਂ ਮਿਲਦੇ ਜੁਲਦੇ ਰਹੀਏ। ਮੈਂ ਉਮੀਦ ਕਰਦਾ ਕਿ ਵੇਖਣ ਵਾਲਿਆਂ ਨੂੰ ਮੈਂ ਕਹਾਂਗਾ, ਸਾਡੀ ਫਿਲਮ ਜ਼ਰੂਰ ਦੇਖੋ, ਕਿਉਂਕਿ ਸਾਰੇ ਫਨਕਾਰਾਂ ਨੇ ਮੇਰੇ ਨਾਲ, ਜਿਹੜੇ ਪਾਕਿਸਤਾਨ ਤੋਂ ਹਨੀਅਲ ਬੇਲਾ ਸਾਹਿਬ ਆਏ, ਉਹ ਸਾਡੇ ਫਿਲਮ ਸਟਾਰ ਅਲਬੇਲਾ ਸਾਹਿਬ, ਅੱਲਾ ਪਾਕ ਉਹਨਾਂ ਨੂੰ ਜਨਤਾ ਹੀ ਕਰ ਦੇਵੇ, ਉਹਨਾਂ ਦੇ ਬਰਖੁਰਦਾਰ ਨੇ ਔਰ ਬੜੇ ਆਲਾ ਫਨਕਾਰ ਨੇ। ਸਾਨੂੰ ਦੋਵਾਂ ਨੂੰ ਤੁਸੀਂ ਪਾਕਿਸਤਾਨ ਦੇ ਹਿੱਟ ਪ੍ਰੋਗਰਾਮ ਆਫਤਾਬ ਇਕਬਾਲ ਸਾਹਿਬ ਦਾ ਜਿਹੜਾ ਪ੍ਰੋਗਰਾਮ ਸੀ ਖਬਰਦਾਰ, ਉਹਦੇ 'ਚ ਤੁਸੀਂ ਵੇਖਿਆ ਹੋਏਗਾ, ਖਾਨ ਬਰਾਦਰਾਨ ਅਸੀਂ ਦੋਵੇਂ ਇੱਕ ਗਾਇਕ ਬਣ ਕੇ ਆਉਂਦੇ, ਜਿਹੜੇ ਤੁਸੀਂ ਬੜਾ ਪਸੰਦ ਕੀਤਾ। ਖਾਸ ਤੌਰ 'ਤੇ ਮੈਂ ਜੌਨੀ ਲੀਵਰ ਸਾਹਿਬ, ਸਾਡੇ ਬੜੇ ਪਿਆਰੇ ਫਨਕਾਰ ਨੇ, ਵੱਡੇ ਭਾਈ ਨੇ, ਉਹਨਾਂ ਦਾ ਵੀ ਮੈਂ ਸ਼ੁਕਰੀਆ ਅਦਾ ਕਰਦਾ। ਉਹਨਾਂ ਨੇ ਸਾਡਾ ਇੱਕ ਕਰੈਕਟਰ ਬੜਾ ਪਸੰਦ ਕੀਤਾ ਸੀ, ਖਾਨ ਬਰਾਦਰਾਂ ਨਾਲ। ਸੋ ਸਾਡੀ ਲੋਲੀਵੁੱਡ ਨਾਲ ਮੁਹੱਬਤਾਂ ਬੜੀਆਂ ਜੁੜੀਆਂ ਹੋਈਆਂ ਨੇ। ਅਸੀਂ ਬੜਾ ਮਿਸ ਕਰਦੇ ਅਤੇ ਬੜਾ ਦੁਆਗੋ ਰਹਿੰਦੇ ਕਿ ਰੱਬ ਇਸੇ ਤਰ੍ਹਾਂ ਸਾਡੇ ਮੇਲ ਕਰਾਉਂਦਾ ਰਹੇ ਅਤੇ ਇਹ ਚੜ੍ਹਦਾ ਪੰਜਾਬ ਅਤੇ ਲਹਿੰਦਾ ਪੰਜਾਬ ਇਹ ਇੱਕੋ ਥਾਂ 'ਤੇ ਨਜ਼ਰ ਆਉਣ, ਇਸੇ ਤਰ੍ਹਾਂ ਜੀਂਦੇ ਵਾਸਤੇ। ਔਰ ਅੱਲਾ ਪਾਕ ਤੁਹਾਨੂੰ ਸਭ ਨੂੰ ਖੁਸ਼ ਰੱਖੇ। ਮੈਂ ਪੂਰੀ ਟੀਮ ਦਾ ਇੱਕ ਦਫ਼ਾ ਫਿਰ ਸ਼ੁਕਰੀਆ ਅਦਾ ਕਰਦਾ, ਆਪਣੇ ਡਾਇਰੈਕਟਰ, ਪ੍ਰੋਡਿਊਸਰ, ਰਾਈਟਰ ਔਰ ਸਿੰਗਰ, ਜਿੰਨਾ ਸਾਡਾ ਕਰੂ ਹੈ, ਮੈਂ ਸਭ ਦਾ ਬੜਾ ਸ਼ੁਕਰੀਆ ਅਦਾ ਕਰਦਾ। ਰੱਬ ਸਭ ਨੂੰ ਕਾਮਯਾਬ ਕਰੇ, ਜਿੰਨੇ ਵਸਦੇ ਰਹੋ, ਔਰ ਸਾਡੀ ਫਿਲਮ ਨੂੰ ਜ਼ਰੂਰ ਦੇਖਣਾ। ਅੱਲਾ ਪਾਕ ਇਸ ਫਿਲਮ ਨੂੰ ਕਾਮਯਾਬ ਕਰੇ।
ਤੁਸੀਂ ਫਿਲਮ ਦੇਖੋਗੇ ਤਾਂ ਖੁਸ਼ ਹੋ ਜਾਓਗੇ, ਤੁਹਾਨੂੰ ਇਹਦੇ 'ਚ ਸਿਚੁਏਸ਼ਨ ਮਿਲੇਗੀ, ਤੁਹਾਨੂੰ ਐਕਸ਼ਨ ਮਿਲੇਗਾ, ਤੁਹਾਨੂੰ ਇਹ ਸਸਪੈਂਸ ਮਿਲੇਗਾ। ਇਹ ਰੂਟੀਨ ਦੀ ਫਿਲਮ ਨਹੀਂ, ਇਹ ਡਾਇਰੈਕਟਰ ਦੀ ਫਿਲਮ ਹੈ, ਇਹ ਰਾਈਟਰ ਦੀ ਫਿਲਮ ਹੈ, ਉਸ ਤੋਂ ਬਾਅਦ ਐਕਟਰ ਦੀ ਫਿਲਮ ਹੈ। ਜਿਉਂਦੇ ਵਾਸਤੇ ਰਹੋ, ਅੱਲਾ ਹਾਫਿਜ਼। ਅਤੇ ਮੈਂ ਵੇਖਣ ਵਾਲੇ ਨੂੰ ਦੱਸ ਦਿੰਦਾ, ਸਾਡੀ ਇਸ ਫਿਲਮ ਦਾ ਨਾਂ ਹੈ ਬਿਹਾਈਂਡ ਦਾ ਬਾਰ 7 o'clock। ਇਸ ਫਿਲਮ ਨੂੰ ਜ਼ਰੂਰ ਦੇਖਣਾ ਔਰ ਇਨਸ਼ਾਅੱਲਾ ਤੁਸੀਂ ਦੇਖ ਕੇ ਖੁਸ਼ ਹੋ ਜਾਓਗੇ, ਕਿਉਂਕਿ ਇਹਦੇ 'ਚ ਸਾਰੇ ਫਨਕਾਰ ਮੋਤੀਆਂ ਵਾਂਗੂ ਪਰੋਏ ਨੇ, ਔਰ ਇਹ ਸਾਡੇ ਡਾਇਰੈਕਟਰ ਦੀ ਕਾਮਯਾਬੀ ਔਰ ਸਾਡੇ ਰਾਈਟਰ ਦੇ ਦਿੱਤੇ ਹੋਏ ਬੋਲ, ਜਿਹਨਾਂ ਨੂੰ ਤੁਸੀਂ ਵੇਖ ਕੇ ਖੁਸ਼ ਹੋਵੋਗੇ। ਜਿਹਦੇ ਵਾਸਤੇ ਰਹੋ, ਸਤਿ ਸ਼੍ਰੀ ਅਕਾਲ, ਸਲਾਮ ਅਲੈਕੁਮ।